ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਸਿੱਖ ਸੇਵਕ ਆਸਟ੍ਰੇਲੀਆ ਵੱਲੋਂ ਜਿਹੜਾ ਹਰ ਸਾਲ ਇੱਕ ਗੁਰਮਤ ਕੈਂਪ ਆਯੋਜਨ ਕੀਤਾ ਜਾਂਦਾ ਤੇ ਮੰਨੂ ਵੀ ਪਹਿਲੀ ਵਾਰ ਇਸ ਕੈਂਪ ਵਿੱਚ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਮੈਂ ਕਹਿ ਸਕਦਾ ਕਿ ਇਹ ਕੋ ਇੱਕ ਨਵੀਂ ਵਿਦਾ ਹੈ ਇੱਕ ਸਾਡਾ ਪਰੰਪਰਾਗਤ ਜੋ ਪ੍ਰਚਾਰ ਦਾ ਢੰਗ ਹੈ ਗੁਰਦੁਆਰਾ ਸਹਿਬਾਨ ਵਿੱਚ ਉਹ ਵੀ ਬਹੁਤ ਵਧੀਆ ਪਰ ਇਹ ਜਿਹੜੇ ਗੁਰਮਤ ਕੈਂਪ ਆ ਜਿਹਦੇ ਵਿੱਚ ਫੈਮਿਲੀ ਗੁਰਮਤ ਕੈਂਪ ਕਿਉਂਕਿ ਸਾਰੇ ਹੀ ਜਿੰਨੇ ਵੀ ਪਰਿਵਾਰ ਆਏ ਆ ਉਹਨਾਂ ਦੇ ਬੱਚੇ ਵੀ ਸਾਥ ਹੈ ਤੇ ਬੱਚੇ ਉਹਨਾਂ ਦੇ ਹਰ ਉਮਰ ਦੇ ਬੱਚਿਆਂ ਵਾਸਤੇ ਜਿਹੜਾ ਪ੍ਰਬੰਧਕਾਂ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਹੈ ਤੇ ਬੱਚੇ ਵੀ ਇੰਜੋਏ ਕਰਦੇ ਆ ਕਿ ਵਕ ਵਕ ਪਵੇਂ ਗੇਮਾਂ ਵੀ ਆ ਪਰ ਉਹਨਾਂ ਦਾ ਮਕਸਦ ਗੁਰਮਤਿ ਦੀ ਸਖਲਾਈ ਹੈ ਤਾਂ ਉਹਨਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਵੀ ਜਿਹੜਾ ਸਵੇਰ ਦਾ ਸਿਮਰਨ ਦਾ ਵੇਲਾ ਹੁੰਦਾ ਹੈ ਬੱਚੇ ਬਹੁਤ ਵਧੀਆ ਸ਼ਮੂਲੀਅਤ ਕਰਦੇ ਆ ਜਿਹੜਾ ਕਿ ਹੋਰ ਬਹੁਤ ਸਾਰੇ ਥਾਵਾਂ ਤੇ ਮੈਨੂੰ ਲੱਗਦਾ ਘਾਟ ਆ ਤੇ ਇੱਥੇ ਇਹ ਬੜੀ ਫਖਰ ਵਾਲੀ ਔਰ ਵਾਧੇ ਵਾਲੀ ਗੱਲ ਹੈ ਕਿ ਛੋਟੀ ਛੋਟੀ ਉਮਰ ਦੇ ਬੱਚੇ ਜਿਹੜਾ ਉਹ ਗੁਰਦੁਆਰਾ ਸਾਹਿਬ ਹਾਜ਼ਰੀ ਭਰਦੇ ਆ ਸੇਵਾ ਕਰਦੇ ਆ ਤੇ ਇਸੇ ਤਰ੍ਹਾਂ ਉਹਨਾਂ ਦੇ ਨਾਲ ਆਏ ਜਿਹੜੇ ਪੇਰੈਂਟਸ ਵੀ ਐ ਉਹਨਾਂ ਨੂੰ ਮਤਲਬ ਇਸ ਤਰ੍ਹਾਂ ਦਾ ਸ਼ਡਿਊਲ ਦਿੱਤਾ ਇਸ ਕੈਂਪ ਦੇ ਵਿੱਚ ਕਿ ਅਮਰਤ ਵੇਲੇ ਤੋਂ ਲੈ ਕੇ ਫਿਰ ਨਿਤਨੇਮ ਫਿਰ ਉਹਨਾਂ ਦੀਆਂ ਵੱਖ-ਵੱਖ ਕੁਝ ਗੇਮਸ ਨੇ ਫਿਰ ਜਿਹੜਾ ਸੈਮੀਨਾਰ ਦੇ ਵਿੱਚ ਤਾਂ ਫਿਰ ਸਵਾਲ ਜਵਾਬ ਜਿਹੜਾ ਡਿਸਕਸ਼ਨ ਦਾ ਪੀਰੀਅਡ ਹੁੰਦਾ ਤੇ ਇਹਦੇ ਵਿੱਚ ਅਸੀਂ ਬਹੁਤ ਸਾਰੇ ਜਿਹੜੇ ਟਾਪਿਕ ਕਹੀਏ ਕਿ ਗੁਰਮਤ ਦੇ ਉਹਨਾਂ ਤੇ ਵਿਚਾਰ ਗੋਸ਼ਟੀ ਹੋਈ ਔਰ ਸਮੁੱਚੇ ਪਰਿਵਾਰਾਂ ਨੇ ਸਿਰਫ ਮੈਲਬੌਰਨ ਤੋਂ ਨਹੀਂ ਸਿਡਨੀ ਤੋਂ ਔਰ ਨਿਊਜ਼ੀਲੈਂਡ ਤੋਂ ਜਿਹੜੇ ਆ ਤੇ ਹੋਰ ਵੀ ਕੁਝ ਦੇਸ਼ਾਂ ਤੋਂ ਜਾਂ ਕਾਫੀ ਪਰਿਵਾਰ ਉਹ ਆ ਜਿਹੜੇ ਪੰਜਾਬ ਤੋਂ ਆਪਣੇ ਬੱਚਿਆਂ ਨੂੰ ਮਿਲਣ ਆਏ ਆ ਉਹਨਾਂ ਨੇ ਵੀ ਮਤਲਬ ਇਹਦਾ ਇੰਨਾ ਕੈਪਰੀਸ਼ੀਏਟ ਕੀਤਾ ਕਿ ਜ਼ਿੰਦਗੀ 'ਚ ਕਈ ਬਜ਼ੁਰਗੋ ਨੇ ਜਿਹੜੇ 70 75 ਤੇ ਵੀ ਸਾਨੂੰ ਪਹਿਲੀ ਵਾਰ ਇਸ ਤਰ੍ਹਾਂ ਦਾ ਗੁਰਮਤ ਕੈਂਪ ਵਿੱਚ ਜਿਹੜਾ ਫੈਮਿਲੀ ਗੁਰਮਤ ਕੈਂਪ ਆ ਉਹਦੇ ਵਿੱਚ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਇਹਦੇ ਲਈ ਮੈਂ ਸਮਝਦਾ ਕਿ ਜਿਹੜੇ ਮੁੱਖ ਇਹਦੇ ਸੇਵਾਦਾਰ ਨੇ ਸਰਦਾਰ ਸਵਰਨ ਸਿੰਘ ਜੀ ਔਰ ਉਹਨਾਂ ਦੀ ਸਮੁੱਚੀ ਟੀਮ ਉਹਨਾਂ ਦਾ ਸਮੁੱਚਾ ਪਰਿਵਾਰ ਔਰ ਇੱਥੇ ਜਿੰਨੇ ਨੌਜਵਾਨ ਮੈਂ ਦੇਖੇ ਨੇ ਕਿ ਬੜੇ ਉਤਸ਼ਾਹ ਨਾਲ ਇੱਕ ਆਪਣੀ ਘਰੇਲੂ ਜ਼ਿੰਮੇਵਾਰੀ ਸਮਝ ਕੇ ਜਾਂ ਪੰਥਕ ਜ਼ਿੰਮੇਵਾਰੀ ਸਮਝ ਕੇ ਉਹ ਅਮਰਤ ਵੇਲੇ ਤੋਂ ਰਾਤ ਤੱਕ ਜਿੰਨੀ ਸੇਵਾ ਨਿਭਾਉਂਦੇ ਆ ਇਹ ਸਤਿਗੁਰੂ ਦੀ ਬਖਸ਼ਿਸ਼ ਹੈ ਔਰ ਇਸ ਤਰ੍ਹਾਂ ਦੇ ਫੈਮਿਲੀ ਗੁਰਮਤ ਕੈਂਪ ਮੈਂ ਸਮਝਦਾ ਕਿ ਵਿਸ਼ਵ ਭਰ ਦੇ ਵਿੱਚ ਜਿੱਥੇ ਵੀ ਗੁਰਦੁਆਰਾ ਸਾਹਿਬਾਨ ਆ ਗੁਰਦੁਆਰਾ ਕਮੇਟੀਆਂ ਇੱਥੇ ਵੀ ਕੁਝ ਗੁਰਦੁਆਰਾ ਕਮੇਟੀਆਂ ਦੇ ਜਿਹੜੇ ਆ ਪ੍ਰਬੰਧਕ ਆਏ ਨੇ ਪ੍ਰਧਾਨ ਸਾਹਿਬ ਵੀ ਆਏ ਆ ਨਿਊਜ਼ੀਲੈਂਡ ਤੋਂ ਵੀ ਆਏ ਉਹਨਾਂ ਨੇ ਵੀ ਸ਼ੁਰੂਆਤ ਕੀਤੀ ਹੋਈ ਆ ਲਾਸਟ ਈਅਰ ਤੋਂ ਤਾਂ ਇਹ ਇੱਕ ਵਧੀਆ ਸ਼ੁਰੂਆਤ ਆ ਜਿਹਦੇ ਵਿੱਚ ਅਸੀਂ 4 5 6 ਦਿਨ ਦੇ ਵਿੱਚ ਇੱਕ ਦੂਸਰੇ ਨਾਲ ਜਿੱਥੇ ਬਹੁਤ ਕੁਝ ਜਾਣਨ ਦਾ ਮੌਕਾ ਮਿਲਦਾ ਪਹਿਚਾਨਣ ਦਾ ਮੌਕਾ ਮਿਲਦਾ ਉੱਥੇ ਗਰੁੱਪ ਦੇ ਵਿੱਚ ਰਹਿ ਕੇ ਜਿਹੜਾ ਭਰਾਤਰੀ ਭਾਵ ਹੈ ਜਿਹੜਾ ਸਾਡੇ ਸਮਾਜ ਵਿੱਚੋਂ ਹੌਲੀ-ਹੌਲੀ ਪਦਾਰਥਵਾਦੀ ਦੌੜ ਵਿੱਚ ਕਿਰਦਾ ਜਾਂਦਾ ਉਹ ਇਕੱਠੇ ਬਹਿ ਕੇ ਪ੍ਰਸ਼ਾਦਾ ਛਕੜਨਾ ਫਿਰ ਦੁੱਖ ਸੁੱਖ ਵੀ ਕਰਨੇ ਤੇ ਫਿਰ ਜਿਹੜਾ ਗੁਰਮਤ ਦੀਆਂ ਗੱਲਾਂ ਵੀ ਕਰਨੀਆਂ ਫਿਰ ਵਿਚਾਰ ਗੋਸ਼ਟੀ ਕਰਨੀ ਸਮਾਦ ਹੈ ਇਹ ਆਪਣਿਆਂ ਵਿੱਚ ਬੜੀ ਵੱਡੀ ਇੱਕ ਸ਼ਕਤੀ ਹੈ ਔਰ ਮੈਨੂੰ ਕਿ ਬੜੀ ਬਖਸ਼ਿਸ਼ ਹੈ ਤਾਂ ਮੈਂ ਬੋਲਦੇ ਨੇ ਵੀ ਕਿਹਾ ਸੀ ਕਿ ਸਾਨੂੰ ਗੁਰੂ ਘਰਾਂ ਦੀਆਂ ਜਿਹੜੀਆਂ ਗੋਲਕਾਂ ਨੇ ਉਹਦੇ ਵਿੱਚੋਂ ਕੁਝ ਪ੍ਰਤੀਸ਼ਤ ਜੇ ਗਰੀਬ ਲੋਕਾਂ ਦੀ ਹੈਲਪ ਲਈ ਵੀ ਰੱਖਣਾ ਚਾਹੀਦਾ ਹੈ ਵਿਦਿਆਲੀ ਵੀ ਰੱਖਣਾ ਚਾਹੀਦਾ ਗੁਰਮਤ ਦੇ ਪ੍ਰਚਾਰ ਤੇ ਪਸਾਰ ਲਈ ਵੀ ਕੁਝ ਪੈਸਾ ਸਪੈਸ਼ਲ ਰੱਖਣਾ ਚਾਹੀਦਾ ਲਿਟਰੇਚਰ ਵਾਸਤੇ ਵੀ ਤੇ ਵੱਖ-ਵੱਖ ਵਿਧਾਵਾਂ ਰਾਹੀਂ ਪ੍ਰਚਾਰ ਕਰਨ ਵਾਸਤੇ ਵੀ ਪਰ ਉਹਦੇ ਨਾਲ-ਨਾਲ ਫੈਮਿਲੀ ਗੁਰਮਤ ਕੈਂਪ ਵਾਸਤੇ ਵੀ ਹਰ ਸੰਸਥਾ ਨੂੰ ਘੱਟੋ-ਘੱਟ ਸਾਲ ਵਿੱਚ ਇੱਕ ਵਾਰੀ ਇਸ ਤਰ੍ਹਾਂ ਦੇ ਫੈਮਿਲੀ ਗੁਰਮਤ ਕੈਂਪ ਜਿਹੜੇ ਆ ਉਹਨਾਂ ਦਾ ਪ੍ਰਬੰਧ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਇਹ ਸਾਡੀ ਯੁੱਗ ਦੀ ਸਭ ਤੋਂ ਵੱਡੀ ਲੋੜ ਹੈ ਕਿਉਂਕਿ ਅਸੀਂ ਜਗ੍ਹਾ-ਜਗ੍ਹਾ ਬੈਠੇ ਹਾਂ ਕਈ ਵਾਰੀ ਇੱਕ ਦੂਸਰੇ ਨੂੰ ਜਾਣਦੇ ਨਹੀਂ ਇਹਨਾਂ ਦੇਸ਼ਾਂ ਦੇ ਵਿੱਚ ਕੁਝ ਤਾਂ ਹੁੰਦਾ ਜਿਨ੍ਹਾਂ ਦਾ ਬਹੁਤ ਨੇੜਤਾ ਹੁੰਦੀ ਹੈ ਕੁਝ ਇਹਨਾਂ ਕੈਂਪਾਂ ਦੇ ਜ਼ਰੀਏ ਹੀ ਇੱਕ ਦੂਸਰੇ ਦੇ ਨੇੜੇ ਆਉਂਦੇ ਆ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਉਹ ਕਿੱਥੋਂ-ਕਿੱਥੋਂ ਪਹੁੰਚੇ ਨੇ ਤਾਂ ਉਹਨਾਂ ਦਾ ਆਪਸੀ ਜਿਹੜਾ ਪ੍ਰੇਮ ਆ ਆਪਸੀ ਸਹਿਯੋਗ ਆ ਇਹ ਸਾਡੀ ਇੱਕ ਵੱਡੀ ਕੌਮੀ ਸ਼ਕਤੀ ਹੈ ਔਰ ਸਭ ਤੋਂ ਵੱਡੀ ਗੱਲ ਕਿ ਨਿਰਵਾਦ ਗੁਰਮਤ ਕੈਂਪ ਹੈ ਜੀਦੇ ਵਿੱਚ ਜਿਹੜਾ ਹੁੰਦੀ ਅੱਜ ਦੇ ਯੁੱਗ ਵਿੱਚ ਬੇ ਲੋੜੀ ਆਲੋਚਨਾ ਐਵੇਂ ਕਰੀ ਜਾਣੀ ਜਾਂ ਐਵੇਂ ਕ੍ਰਿਟੀਸਾਈਜ਼ ਬੇ ਲੋੜਾ ਵੱਖ-ਵੱਖ ਸਿਧਾਂਤਾਂ ਤੇ ਜਾਂ ਮਰਯਾਦਾ ਤੇ ਇੱਥੇ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਇੱਥੇ ਸਭਨਾਂ ਨੂੰ ਪਿਆਰ ਦਿੱਤਾ ਚਾਹੇ ਉਹ ਕਿਸੇ ਵੀ ਮਤ ਵਿਚਾਰ ਸ਼ਕਤੀ ਕਰਕੇ ਕੋਈ ਸੰਪਰਦਾ ਨਾਲ ਰਿਲੇਟਡ ਵੀ ਹੋ ਸਕਦਾ ਕਿਸੇ ਹੋਰ ਇੱਥੇ ਬੰਦੀ ਨਾਲ ਵੀ ਹੋ ਸਕਦਾ ਪਰ ਇੱਥੇ ਇਸ਼ੂ ਜਿਹੜਾ ਉਹ ਗੁਰੂ ਗ੍ਰੰਥ ਤੇ ਗੁਰੂ ਪੰਥ ਹੈ ਔਰ ਜਿਹੜਾ ਅੱਜ ਦੇ ਯੁੱਗ ਵਿੱਚ ਸਭ ਤੋਂ ਵੱਡੀ ਲੋੜ ਹੈ ਇਹ ਸਾਡੀ ਸਿੱਖ ਕੌਮ ਨੂੰ ਬਹੁਤ ਛੋਟੇ-ਛੋਟੇ ਮਸਲਿਆਂ ਵਿੱਚ ਉਲਝਾ ਕੇ ਜਿਹੜਾ ਉਹ ਪਾਟੋ ਤਾੜ ਕੀਤੀ ਹੋਈ ਹੈ ਔਰ ਉਹ ਵਿਸ਼ਵ ਦੇ ਗੁਰਦੁਆਰਿਆਂ ਵਿੱਚ ਕੁਝ ਕੁ ਪ੍ਰਚਾਰਕ ਜਿਹੜੇ ਬੜੇ ਹਲਕੇ ਪੱਧਰ ਦੀ ਸ਼ਬਦਾਲ ਵੀ ਬੋਲ ਜਾਂਦੇ ਐ ਕਦੀ ਉਹ ਦਸਮ ਬਾਣੀ ਦੇ ਖਿਲਾਫ ਕਦੀ ਉਹ ਨਿਤਨੇਮ ਦੀਆਂ ਬਾਣੀਆਂ ਦੇ ਖਿਲਾਫ ਕਦੀ ਅੰਮ੍ਰਿਤ ਵੇਲੇ ਦੇ ਖਿਲਾਫ ਕਦੀ ਸਿਮਰਨ ਦੇ ਮਤਲਬ ਬਹੁਤ ਛੋਟੇ ਲੈਵਲ ਤੇ ਜਿਹੜੀ ਉਹਨਾਂ ਦੀ ਆਲੋਚਨਾ ਦਾ ਪੱਧਰ ਹੈ ਔਰ ਉਹ ਘਟੋ-ਘਟ ਇਸ ਤਰ੍ਹਾਂ ਦੀ ਚੰਗੀ ਜਾਗਰਤੀ ਆਏਗੀ ਔਰ ਭਵਿੱਖ ਦੇ ਵਿੱਚ ਜਿਹੜੇ ਇਹ ਬੇਲੋੜੇ ਵਿਤਕਰੇ ਜਿਹੜੇ ਏਜੰਸੀਆਂ ਨੇ ਸਾਡੇ ਤੇ ਥੋਪੇ ਹੋਏ ਨੇ ਜਾਂ ਅਸੀਂ ਅਮੀ ਅਗਿਆਨਤਾ ਵਿੱਚ ਕੁਝ ਲੋਕ ਲੱਗੇ ਹੋਏ ਨੇ ਜਾਂ ਪ੍ਰੀਪਲਾਨ ਜਿਹੜੇ ਪਤਾ ਹੈ ਕਿ ਇਹ ਇਹ ਮੁੱਦਿਆਂ ਦੇ ਉੱਤੇ ਕੌਮ ਨੂੰ ਦੀ ਸ਼ਕਤੀ ਨੂੰ ਕੌਮ ਦੀ એનર્ਜੀ ਨੂੰ ਐਵੇਂ ਖਤਮ ਕਰੀ ਜਾਓ ਜਾਂ ਇਹਨਾਂ ਨੂੰ ਬੇਲੋੜੇ ਮੁੱਦਿਆਂ 'ਚ ਅਲਝਾ ਛੱਡੋ ਇਹ ਬਿਨਾਂ ਮਕਸਦ ਤੋਂ ਉਹ ਲੋਕ ਕਰ ਰਹੇ ਨੇ ਬਹੁਤੇ ਲੋਕ ਬੇਅਮਰਤੀਏ ਨੇ ਜਾਂ ਉਹ ਸ਼ਰਬੀ ਕਬਾਬੀ ਟਾਇਬ ਨੇ ਜਿਹੜੇ ਮਤਲਬ ਐਵੇਂ ਹੀ ਕੋਈ ਯਾਬ ਸਾਹਿਬ ਦੇ ਖਿਲਾਫ ਕੋਈ ਚੋਪੀ ਬਾਣੀ ਦੇ ਕੋਈ ਅਰਦਾਸ ਦੇ ਕੋਈ ਨਿਤਨੇਮ ਦੇ ਇੱਥੇ ਸਾਰਿਆਂ ਨੇ ਹੀ ਅੰਮ੍ਰਿਤ ਵੇਲਾ ਸਾਂਭਿਆ ਔਰ ਇੱਥੇ ਜਿਹੜਾ ਸਿਮਰਨ ਦੇ ਕਨਸੈਪਟ ਨੂੰ ਅੱਗੇ ਲਿਆਂਦਾ ਗਿਆ ਤੇ ਸਾਰਿਆਂ ਦੇ ਵਿੱਚ ਇੰਨਾ ਭਰਾਤਰੀ ਭਾਵ ਹੋਇਆ ਔਰ ਕੱਲ ਕਿਉਂਕਿ ਇਹਨਾਂ ਦੀ ਇੱਕ ਮਰਿਆਦਾ ਕਹੋ ਜਾਂ ਪਰੰਪਰਾ ਹੈ ਕਿ ਅਖੀਰ ਦੇ ਵਿੱਚ ਅਮਰ ਸੰਚਾਰ ਲਾਸਟ ਦਿਨ ਹੁੰਦਾ ਹੈ ਤਾ ਮੇਰਾ ਖਿਆਲ ਹੋ ਉਹਦੇ ਵਿੱਚ ਵੀ ਕਾਫੀ ਪੁਰਾਣੀ ਜਿਹੜੇ ਆ ਉਹਨਾਂ ਨੇ ਅੰਮ੍ਰਿਤਪਾਨ ਕੀਤਾ ਔਰ ਇਹ ਇਸ ਜਿਹੜੀ ਆ ਸਿੱਖ ਸੇਵਕ ਆਸਟ੍ਰੇਲੀਆ ਦੀ ਬਹੁਤ ਵੱਡੀ ਪ੍ਰਾਪਤੀ ਹੈ ਕਿਉਂਕਿ ਹਰ ਸਾਲ ਇੱਥੇ ਅਮਰ ਸੰਚਾਰ ਹੁੰਦਾ ਹੈ ਹਰ ਸਾਲ ਹੀ ਬਹੁਤ ਸਾਰੇ ਜਿਹੜੇ ਨਵੇਂ ਹੋਰ ਗੁਰਮੁਖ ਪਿਆਰੇ ਆਉਂਦੇ ਜਗ੍ਹਾ ਜਗ੍ਹਾ ਤੋਂ ਅੰਮ੍ਰਿਤਪਾਨ ਕਰਦੇ ਆ ਔਰ ਉਹਨਾਂ ਨੂੰ ਖਾਸ ਕਰਕੇ ਜਿਨ੍ਹਾਂ ਨੂੰ ਵੀ ਮੈਂ ਮਿਲਿਆ ਕਿਉਂਕਿ ਸਾਰਿਆਂ ਨਾਲ ਹੀ ਸਾਂਝ ਰਹੀ ਹੈ ਔਰ ਸਾਰਿਆਂ ਨੇ ਹੀ ਬਹੁਤ ਜ਼ਿਆਦਾ ਮਨ ਨੂੰ ਐਪਰੀਸ਼ੀਏਟ ਕੀਤਾ ਕਿ ਇਸ ਤਰ੍ਹਾਂ ਦੇ ਕੈਂਪ ਜੇ ਜਗਾ ਜਗਾ ਲੱਗਣ ਤੇ ਇੱਕ ਸਾਡੀ ਕੌਮੀ ਸ਼ਕਤੀ ਬਣਦੀ ਹੈ ਇੱਕ ਅਸੀਂ ਬੇ ਲੋੜੇ ਵਾਦੋਵਾਦ ਵਾਲੀ ਸੋਚ ਤੋਂ ਉੱਪਰ ਹੁੰਨੇ ਆ ਤੇ ਇੱਕ ਸਾਨੂੰ ਸਹੀ ਗਿਆਨ ਹੁੰਦਾ ਕਿ ਸਾਡਾ ਗੁਰੂ ਗ੍ਰੰਥ ਗੁਰੂ ਪਰੰਥ ਪ੍ਰਤੀ ਜੋ ਸਾਡੇ ਫਰਜ਼ ਨੇ ਅਸੀਂ ਅਦਾ ਕਰ ਸਕਦੇ ਆ ਤਾਂ ਇਹਦੇ ਲਈ ਮੈਂ ਫੇਰ ਸਮੂੱਚੀ ਜਿਹੜੀ ਟੀਮ ਆ ਤੇ ਵਿਸ਼ੇਸ਼ ਕਰਕੇ ਭਾਈ ਸਵਰਨ ਸਿੰਘ ਜੀ ਔਰ ਉਹਨਾਂ ਦੇ ਸਮੂੱਚੇ ਸਾਰੇ ਸਹਿਯੋਗੀ ਉਹਨਾਂ ਦਾ ਪਰਿਵਾਰ ਜਿਸ ਭਾਵਨਾ ਦੇ ਨਾਲ ਹਰ ਸਾਲ ਸਾਲ ਵਿੱਚ ਦੋ ਕੈਂਪ ਆਯੋਜਿਤ ਕੀਤੇ ਜਾਂਦੇ ਆ ਤਾਂ ਕਿਉਂਕਿ ਬੜਾ ਵੱਡਾ ਪ੍ਰਬੰਧ ਹੁੰਦਾ ਇੰਨੇ ਪਰਿਵਾਰਾਂ ਨੂੰ ਐਤਵਾਰ ਵੀ ਕੋਈ 500 ਤੋਂ ਉੱਪਰ ਜਿਹੜੇ ਆ ਜਿਹੜੇ ਪਰਿਵਾਰਕ ਰੂਪ ਵਿੱਚ ਮੈਂਬਰ ਜਿਹੜੇ ਆ ਉਹਨਾਂ ਨੇ ਕੈਂਪ ਵਿੱਚ ਸ਼ਮੂਲੀਅਤ ਕੀਤੀ ਹੈ ਸਤਿਗੁਰੂ ਇਸੇ ਤਰ੍ਹਾਂ ਸਾਰਿਆਂ ਦਾ ਆਪਸੀ ਪਿਆਰ ਬਣਾਈ ਰੱਖਣ ਔਰ ਪ੍ਰਬੰਧਕਾਂ ਨੂੰ ਸਮੂਹ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤਾਂ ਕਿ ਭਵਿੱਖ ਵਿੱਚ ਵੀ ਇੱਥੋਂ ਪ੍ਰੇਰਣਾ ਲੈ ਕੇ ਹੋਰ ਵੀ ਗੁਰਦੁਆਰਾ ਕਮੇਟੀਆਂ ਜਾਂ ਵਕ ਵਕ ਦੇਸ਼ਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਉਤਸ਼ਾਹਜਨਕ ਜਿਹੜੇ ਆ ਫੈਮਿਲੀ ਕੈਂਪ ਲੱਗਣ ਤੇ ਪੰਥ ਦੀ ਚੜ੍ਹਦੀ ਕਲਾ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ